ਇਹਨੂੰ ਫੜ ਕੇ ਅੰਦਰ ਕੀਤਾ ਜਾਵੇ, ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਨੇ? ਫਿਰ ਕਹਿੰਦੇ ਨੇ ਸਿੰਘਾਂ ਨੇ ਸੋਧਾ ਲਾ ਤਾ, ਫਿਰ ਸਿੰਘਾਂ ਨੂੰ ਬਦਨਾਮ ਕਰਦੇ ਨੇ, ਫਿਰ ਸੋਧੀ ਲੰਘਣਗੇ ਹੋਵਾਂ ਦੇ। ਨਾਲੇ ਜਿਹੜਾ ਰਾਮਪਾਲ ਆ ਹਰਿਆਣੇ ਦੇ ਵਿੱਚ ਰਹਿੰਦਾ, ਉਹਨੂੰ ਇਹਨੂੰ ਡੇਰੇ ਦੇ ਵਿੱਚੋਂ ਕੱਢਿਆ, ਉਸ ਤੋਂ ਡਿਬੀਟ ਵੀ ਹੋਈ, ਇਹਨੂੰ ਡੇਰੇ 'ਚੋਂ ਕੱਢਿਆ, ਫਿਰ ਵੀ ਇਹ ਹਟਦਾ ਨਹੀਂ ਹੈਗਾ। ਪਤਾ ਨਹੀਂ ਇੱਕ ਰਾਜਸਥਾਨ ਦਾ ਕਿੱਥੇ ਦਾ ਪਾਬੰਦਾ। ਦੇਖੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਵੀ ਤੁਸੀਂ ਕਿਰਪਾਨਾਂ ਲਾ ਦਿਉ, ਤੁਸੀਂ ਪੱਗਾਂ ਲਾ ਦਿਉ, ਅਸੀਂ ਤੁਸੀਂ ਰਾਮਪਾਲ ਦੇ ਚੇਲੇ ਬਣਨੇ, ਕਿਉਂ ਬਣੀਏ? ਕਿਉਂ? ਗੁਰੂ ਸਾਹਿਬ ਨੇ ਸਾਨੂੰ ਸਭ ਕੁਛ ਬਖਸ਼ ਕੀਤਾ ਹੋਇਆ, ਇਹ ਤਾਂ ਸਾਰੇ ਪਖੰਡੀ ਲੋਕ ਨੇ, ਇਹ ਤਾਂ ਕੱਲ੍ਹ ਫੋਨ ਦੇ ਵਿੱਚ ਆਏ ਨੇ। ਇਹਨਾਂ ਦਾ ਹੈ ਕੀ ਦੀਨ ਧਰਮ? ਇਹਨਾਂ ਦਾ ਕੀ ਆ? ਹਿੰਦੂ ਇਹ ਨਹੀਂ, ਸਿੱਖ ਇਹ ਨਹੀਂ, ਮੁਸਲਮਾਨ ਇਹ ਨਹੀਂ, ਅਜੈਨੀ ਇਹ ਨਹੀਂ, ਬੋਧੀ ਇਹ ਨਹੀਂ, ਈਸਾਈ ਇਹ ਨਹੀਂ, ਇਹ ਕਿਸੇ ਧਰਮ ਦੇ ਵਿੱਚ ਕਿੱਥੋਂ ਆਉਂਦੇ ਨੇ? ਇਹ ਤਾਂ ਸਾਰੇ ਪਖੰਡੀ ਲੋਕ ਨੇ, ਜਿੰਨਾ ਵੀ ਇਹਨਾਂ ਨੇ ਪਖੰਡ ਦੇ ਡੇਰੇ ਚਲਾਏ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਇਨਸਾਫ ਮੋਰਚਾ ਚੰਡੀਗੜ੍ਹ, ਜੋ ਆਪ ਸਾਨੂੰ ਪਤਾ ਵੀ 7 ਜਨਵਰੀ 2023 ਦਾ ਲੱਗਿਆ ਹੋਇਆ, 1.5 ਸਾਲ ਤੋਂ ਉੱਪਰ ਸਮਾਂ ਹੋ ਗਿਆ, ਅਤੇ ਵੱਖ ਵੱਖ ਜਦੋਂ ਸਮਾਂ ਆਉਂਦਾ ਘਟਨਾਵਾਂ ਅਤੇ ਤਰਚਾਵਾਂ ਹੁੰਦੀਆਂ ਰਹਿੰਦੀਆਂ ਨੇ। ਇੱਕ ਸਾਡੇ ਕੋਲ ਵੀਡੀਓ ਆਈ ਆ, ਇੱਕ ਰਾਮਪਾਲ ਦਾ ਚੇਲਾ ਜਿਹਦਾ ਨਾਮ ਪਵਨ ਦਾਸ ਆ, ਜਿਹੜਾ ਬਕਵਾਸ ਮਾਰਿਆ ਸਿੱਖਾਂ ਬਾਰੇ ਵੀ ਜਿਹੜੇ ਸਿੱਖ ਨੇ ਉਹਨਾਂ ਨੂੰ ਕਿਰਪਾਨਾਂ ਲਾਹ ਦੇਣੀਆਂ ਚਾਹੀਦੀਆਂ ਨੇ, ਪੱਗਾਂ ਉਤਾਰ ਦੇਣੀਆਂ ਚਾਹੀਦੀਆਂ, ਰਾਮਪਾਲ ਦੇ ਚੇਲੇ ਬਣ ਜਾਣ। ਇਹੋ ਜਿਹੀ ਬਕਵਾਸ ਉਹ ਜਿਹੜਾ ਪਵਨ ਦਾਸ ਕਰ ਰਿਹਾ ਸੀ, ਸਖ਼ਤ ਸ਼ਬਦਾਂ ਦੇ ਨਿਖੇਧੀ ਕਰਦੇ ਹਾਂ, ਅਤੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹਨੂੰ ਹੁਣੇ ਨੱਤ ਪਾਓ ਅਤੇ ਇਹਨੂੰ ਫੜ ਕੇ ਅੰਦਰ ਕੀਤਾ ਜਾਵੇ, ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਨੇ? ਫਿਰ ਕਹਿੰਦੇ ਨੇ ਸਿੰਘਾਂ ਨੇ ਸੋਧਾ ਲਾ ਤਾ, ਫਿਰ ਸਿੰਘਾਂ ਨੂੰ ਬਦਨਾਮ ਕਰਦੇ ਨੇ, ਫਿਰ ਸੋਧੀ ਲੰਘਣਗੇ ਹੋਵਾਂ ਦੇ। ਨਾਲੇ ਜਿਹੜਾ ਰਾਮਪਾਲ ਆ ਹਰਿਆਣੇ ਦੇ ਵਿੱਚ ਰਹਿੰਦਾ, ਉਹਨੂੰ ਇਹਨੂੰ ਡੇਰੇ ਦੇ ਵਿੱਚੋਂ ਕੱਢਿਆ, ਉਸ ਤੋਂ ਡਿਬੀਟ ਵੀ ਹੋਈ, ਇਹਨੂੰ ਡੇਰੇ 'ਚੋਂ ਕੱਢਿਆ, ਫਿਰ ਵੀ ਇਹ ਹਟਦਾ ਨਹੀਂ ਹੈਗਾ। ਪਤਾ ਨਹੀਂ ਇੱਕ ਰਾਜਸਥਾਨ ਦਾ ਕਿੱਥੇ ਦਾ ਪਵਨ ਦਾਸ। ਦੇਖੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਵੀ ਤੁਸੀਂ ਕਿਰਪਾਨਾਂ ਲਾ ਦਿਉ, ਤੁਸੀਂ ਪੱਗਾਂ ਲਾ ਦਿਉ, ਅਸੀਂ ਤੁਸੀਂ ਰਾਮਪਾਲ ਦੇ ਚੇਲੇ ਬਣਨੇ, ਕਿਉਂ ਬਣੀਏ? ਕਿਉਂ? ਗੁਰੂ ਸਾਹਿਬ ਨੇ ਸਾਨੂੰ ਸਭ ਕੁਛ ਬਖਸ਼ ਕੀਤਾ ਹੋਇਆ, ਇਹ ਤਾਂ ਸਾਰੇ ਪਖੰਡੀ ਲੋਕ ਨੇ, ਇਹ ਤਾਂ ਕੱਲ੍ਹ ਫੋਨ ਦੇ ਵਿੱਚ ਆਏ ਨੇ। ਇਹਨਾਂ ਦਾ ਹੈ ਕੀ ਦੀਨ ਧਰਮ? ਇਹਨਾਂ ਦਾ ਕੀ ਆ? ਹਿੰਦੂ ਇਹ ਨਹੀਂ, ਸਿੱਖ ਇਹ ਨਹੀਂ, ਮੁਸਲਮਾਨ ਇਹ ਨਹੀਂ, ਅਜੈਨੀ ਇਹ ਨਹੀਂ, ਬੋਧੀ ਇਹ ਨਹੀਂ, ਈਸਾਈ ਇਹ ਨਹੀਂ, ਇਹ ਕਿਸੇ ਧਰਮ ਦੇ ਵਿੱਚ ਕਿੱਥੋਂ ਆਉਂਦੇ ਨੇ? ਇਹ ਤਾਂ ਸਾਰੇ ਪਖੰਡੀ ਲੋਕ ਨੇ, ਜਿੰਨਾ ਵੀ ਇਹਨਾਂ ਨੇ ਪਖੰਡ ਦੇ ਡੇਰੇ ਚਲਾਏ ਹੋਏ ਨੇ। ਅਤੇ ਅਸੀਂ ਕਹਿੰਦੇ ਬਾਹਰ ਨਾ ਤੁਸੀਂ ਸਿੱਖ ਕੌਮ ਨੂੰ ਜ਼ਰੀਰ ਕਰਿਆ ਕਰੋ, ਨਾ ਤੁਸੀਂ ਕਹਿੰਦੇ, ਫਿਰ ਕਹਿੰਦੇ ਨਿੰਘ ਸਿੰਘ ਜਾਂ ਸਿੱਖ ਇਹ ਦਿਨ ਦਿਹਾੜੇ ਬੰਦਿਆਂ ਨੂੰ ਵੜਦੇ ਨੇ, ਫਿਰ ਤੁਸੀਂ ਆਪਦੀ ਮੌਤ ਆਪ ਸੁਹਾੜ ਸਹੇੜਦੇ ਹੋ। ਇਸ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ, ਸੈਂਟਰ ਸਰਕਾਰ ਨੂੰ ਵੀ, ਪੰਜਾਬ ਸਰਕਾਰ ਨੂੰ ਵੀ, ਜਿਹੜੇ ਪਵਨ ਦਾਸ ਵਰਗੇ ਮਲੰਗ ਨੇ, ਫਿਰਕਾ ਪ੍ਰਸਤ ਜਿਹੜਾ ਇਹ ਭੜਕਾਊ ਵਚਨ ਆਪਣੇ ਗੱਲਾਂ ਕਰਦੇ ਨੇ, ਮਾਹੌਲ ਖਰਾਬ ਕਰਦੇ, ਇਹਨਾਂ ਨੂੰ ਫੜ ਕੇ ਤੁਰੰਤ ਅੰਦਰ ਕੀਤਾ ਜਾਵੇ। ਅਤੇ ਇਸ ਬਾਰੇ ਹਰਿਆਣੇ ਦੇ ਵਿੱਚੋਂ ਰਾਮਪਾਲ ਦਾ ਡੇਰਾ, ਉੱਥੇ ਭਾਈ ਮਨੋਜ ਦੋਹਨ ਜੀ ਜਿਹੜੇ ਬੈਠੇ ਨੇ, ਉਹ ਕਾਰਵਾਈ ਕਰਾ ਰਹੇ ਨੇ, ਪਰਚਾ ਵੀ ਦਰਜ ਕਰਾਉਣਗੇ, ਮੈਨੂੰ ਲੱਗਦਾ ਕਰਾ ਵੀ ਦਿੱਤਾ ਹੋਣਾ, ਮੇਰੀ ਗੱਲਬਾਤ ਨਹੀਂ ਹੋਈ ਉਹਨਾਂ ਨਾਲ, ਅਤੇ ਉਹ ਸਾਰੀ ਇਸ ਦੀ ਕਾਰਵਾਈ ਕਰ ਰਹੇ ਨੇ। ਅਸੀਂ ਮਨੋਜ ਦੋਹਨ ਜੀ ਦੇ ਨਾਲ ਡਟ ਕੇ ਤਰਨਾਂ ਦਾ ਲੜਵਾਂ ਕਰਵਾਂ ਖੜ੍ਹੇ ਹਾਂ, ਅਸੀਂ ਉਹਨਾਂ ਡਟ ਕੇ ਸਾਥ ਦੇਵਾਂਗੇ। ਜਿਹੜੇ ਇਹੋ ਜਿਹੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਵਾਲੇ ਲੋਕ ਨੇ, ਜਿਹੜੇ ਮਾੜਾ ਬੋਲਦੇ ਨੇ, ਇਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ, ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਜੇ ਪੁਲਿਸ ਪ੍ਰਸ਼ਾਸਨ ਨਹੀਂ ਕਰੂਗਾ, ਫਿਰ ਖਾਲਸਾ ਪੰਥ ਆਪਦੇ ਤੌਰ 'ਤੇ ਉਹ ਸਜ਼ਾ ਦਿੰਦਾ ਹੈ, ਫਿਰ ਤੁਸੀਂ ਰੌਲਾ ਪਾਉਣੇ ਫਿਰਦੇ ਹੋ, ਤੁਸੀਂ ਪਹਿਲਾਂ ਕਿਉਂ ਨਹੀਂ ਇਹੋ ਜਿਹੇ ਲੋਕਾਂ ਨੂੰ ਸਾਹਮਣੇ, ਕਿਉਂ ਨਹੀਂ ਇਹਨਾਂ ਦੇ ਪਰਚੇ ਦਰਜ ਕਰਦੇ?
ਇਸ ਕਰਕੇ ਉਹਦੇ ਸਖ਼ਤ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ। ਅਤੇ ਭਾਈ ਮਨੋਜ ਸਿੰਘ ਦੋਹੋਂ ਨੂੰ ਕਹਿੰਦੇ ਆ ਤੂੰ ਚੜ੍ਹਦੀ ਕਲਾ ਦੇ ਨਾਲ ਡਟਿਆ ਰਹਿ, ਅਸੀਂ ਤੇਰੇ ਨਾਲ ਖੜ੍ਹੇ ਹਾਂ, ਜੋ ਵੀ ਕਾਰਵਾਈ ਹੋਵੇ ਅਸੀਂ ਪੂਰਾ ਡਟ ਕੇ ਭਾਈ ਮਨੋਜ ਦਾ ਦੋਹੋਂ ਦਾ ਸਾਥ ਦਿਆਂਗੇ। ਅਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ, ਹਰਿਆਣਾ ਸਰਕਾਰ ਨੂੰ ਵੀ, ਪੰਜਾਬ ਨੂੰ ਵੀ, ਕਿ ਉਹ ਇਸ ਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਅੰਦਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਜਿਹਦੇ ਨਾਲ ਫਿਰ ਰੌਲਾ ਪਵੇ, ਸਿੱਖਾਂ ਨੂੰ ਤੁਸੀਂ ਟਾਰਗੇਟ ਬਣਾਓ। ਇਸ ਕਰਕੇ ਅਸੀਂ ਸਰਬੱਤ ਦਾ ਭੁੱਲਾ ਚਾਹੁੰਦੇ ਹਾਂ, ਅਸੀਂ ਕਿਸੇ ਦਾ ਮਾੜਾ ਨਹੀਂ ਸੋਚਦੇ। ਵਾਰ ਵਾਰ ਸਾਨੂੰ ਟਾਰਗੇਟ ਨਾ ਕੀਤਾ ਜਾਵੇ ਸਿੱਖਾਂ ਨੂੰ, ਨਾ ਸਿੱਖ ਕੌਮ ਦੀ ਜਿਹੜੀ ਹੈਗੀ ਆ ਉਹ ਤੁਸੀਂ ਨਾ ਟਾਰਗੇਟ ਕਰੋ। ਅਤੇ ਅਸੀਂ ਸਰਬੱਤ ਦਾ ਭੁੱਲਾ ਮੰਗਣ ਵਾਲੇ ਹਾਂ ਅਤੇ ਸਰਬੱਤ ਦਾ ਭੁੱਲਾ ਮੰਗਦੇ ਹੀ ਰਹਾਂਗੇ, ਪਰ ਜਦੋਂ ਕੋਈ ਸਾਡੇ 'ਤੇ ਕਿਹੋ ਜਿਹੇ ਭਾਵਨਾ ਨਾਲ ਆਉਂਦਾ ਫਿਰ ਉਹਦਾ ਜਵਾਬ ਸਾਨੂੰ ਦੇਣਾ ਆਉਂਦਾ ਗਾ, ਅਸੀਂ ਦਿੰਦੇ ਹਾਂ। ਇਹ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਹਾਂ, ਅਸੀਂ ਪਹਿਲ ਕਦੇ ਕੀਤੀ ਨਹੀਂ। ਜਿਹੜਾ ਸਾਡੇ 'ਤੇ ਚੜ੍ਹ ਕੇ ਆਇਆ, ਚੜ੍ਹ ਕੇ ਆਏ ਨੂੰ ਤੇਗ ਪੱਕੀ ਅਤੇ ਨਿਮਕੇ ਆਏ ਨੂੰ ਦੇਗ ਪੱਕੀ, ਇਹ ਖਾਲਸਾ ਪੰਥ ਦਾ ਅਸੂਲ ਆ ਅਤੇ ਅਸੀਂ ਇਸ ਦੇ ਮਰਜ਼ਾਦਾ ਦੇ ਵਿੱਚ ਹਾਂ। ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।